ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਚੱਲੇ ਹਾਂ ਸੇਰੋਂ ਮੇਲੇ, ਆ ਚਾਚੇ ਦਾ ਟਰੈਕਟਰ 855। ਆ ਪਹੁੰਚ ਗਏ ਗੁਰਦੁਆਰਾ ਸਾਹਿਬ, ਦਰਸ਼ਨ ਕਰੋ। ਆ ਪਾਲਕੀ ਸਾਹਿਬ ਵਾਲੀ ਬੱਸ ਖੜ੍ਹੀ ਆ। ਆ ਅੱਗੇ ਦੇਖੋ ਕਬੱਡੀ ਦੇ ਮੈਚ ਆ ਰਹੇ ਨੇ, ਦੇਖੋ ਚੱਲ ਰਹੀ ਆ ਕਬੱਡੀ। ਕਿੰਨੀਆਂ ਵਧੀਆ ਰੇਡਾਂ ਪੈ ਰਹੀਆਂ ਨੇ, ਕਿੰਨਾ ਵਧੀਆ ਖੇਡਦਾ ਪ੍ਰਦਰਸ਼ਨ ਕਰ ਰਹੇ ਨੇ ਖਿਡਾਰੀ। ਦੇਖੋ ਤੁਸੀਂ, ਦੇਖੋ ਸਾਰੇ ਜਣੇ ਕਬੱਡੀ। ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਦੇਖੋ ਬਾਈ ਜੀ ਕਿੰਨੀ ਸੰਗਤ ਆਈ ਹੋਈ ਹੈ। ਅਤੇ ਇੱਥੇ ਇਸ ਨਗਰ ਵਿੱਚ ਉੱਥੇ ਜਿੱਥੇ ਮੇਲਾ ਲੱਗਿਆ ਹੋਇਆ ਸੀ, ਗੁਰਦੁਆਰਾ ਸਾਹਿਬ 'ਚ ਲੰਗਰ ਦਾ ਵੀ ਪ੍ਰਬੰਧ ਸੀ। ਅਤੇ ਅੱਜ ਇੱਥੇ ਕਬੱਡੀ ਹੋ ਰਹੀ, ਕੁਛ ਬਾਈਆਂ ਵੱਲੋਂ ਇੱਥੇ ਡਿਸਪੋਜੇਬਲ ਪਾਣੀ ਵੀ ਪਿਆਇਆ ਜਾ ਰਿਹਾ ਸੀ, ਫਿਲਟਰ ਵਾਟਰ। ਇੰਨੀ ਗਰਮੀ ਹੋਣ ਦੇ ਬਾਵਜੂਦ ਦੇਖੋ ਟਰੈਕਟਰ ਟਰਾਲੀਆਂ ਗੱਡੀਆਂ ਕਾਰਾਂ ਮੋਟਰਸਾਈਕਲਾਂ, ਅਤੇ ਕੁਛ ਦੂਰੋਂ ਨੇੜਿਓਂ ਵਾਲੀਆਂ ਸੰਗਤਾਂ, ਕੁਛ ਲਾਗੇ ਵਾਲੀਆਂ ਪੈਦਲ ਵੀ ਆਈਆਂ ਪਹੁੰਚੀਆਂ ਸਨ। ਕਬੱਡੀ ਤੋਂ ਬਾਅਦ ਨਿਹੰਗ ਸਿੰਘਾਂ ਨੇ ਗੱਤਕੇਬਾਜ਼ੀ ਦੇ ਵੀ ਜ਼ੋਰ ਦਿਖਾਏ ਸਨ, ਪਰ ਉਹ ਸਾਡੇ ਕੋਲ ਵੀਡੀਓ ਨਹੀਂ ਬਣਾਈ ਗਈ, ਉਹਦੇ ਵਾਸਤੇ ਅਸੀਂ ਮਾਫ਼ੀ ਚਾਹੁੰਦੇ ਹਾਂ। ਆ ਤੁਸੀਂ ਦੇਖੋ ਕਬੱਡੀ ਦੇ ਸ਼ੋਅ ਮੈਚ, ਪਿੰਡ ਸੇਰੋਂ ਬਾਘਾ, ਜੋ ਕਿ ਬਤਾਲੇ ਤੋਂ ਸਾਈਡ ਨੂੰ ਪੈਂਦਾ, ਇੱਧਰ ਨੂੰ ਬਤਾਲੇ ਦੇ ਨਜ਼ਦੀਕ ਹੀ ਆ ਇਹ ਨਗਰ। ਦੇਖੋ ਮੈਚ ਚੱਲ ਰਿਹਾ। ਉਹ ਸਕੂਲ ਹੈ, ਇਹ ਸਰਕਾਰੀ ਸਕੂਲ ਦੀ ਗਰਾਊਂਡ ਆ ਜਿਹਦੇ ਵਿੱਚ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾ ਰਹੇ ਨੇ। ਦੇਖੋ ਰੇਡਾਂ ਪੈ ਰਹੀਆਂ ਨੇ, ਜਾਫੀ ਜਾਫਾ ਦਾ ਜਫੇ ਜਾਫੀ ਜਾਫਾ ਜਾ ਲਾ ਰਹੇ ਨੇ। ਇਹ ਨਗਰ ਬਿਆਸ ਦਰਿਆ ਦੇ ਕੰਢੇ 'ਤੇ ਵਸਿਆ ਹੈ, ਉਸ ਇਸ ਜਿੱਥੇ ਕਬੱਡੀ ਹੋ ਰਹੀ ਵਜੇ ਤੋਂ ਦੋ ਖੇਤ ਹਟਵਾਂ ਦਰਿਆ ਆ। ਇਹ ਬਤਾਲੇ ਤੋਂ 4-5 ਕਿਲੋਮੀਟਰ ਦੀ ਦੂਰੀ 'ਤੇ ਹੈ। ਦੇਖੋ ਕਬੱਡੀ, ਬਾਈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਕਿਉਂਕਿ ਅੱਜ ਸਬਸਕ੍ਰਾਈਬਰ ਬਹੁਤ ਘੱਟ ਆ ਰਹੇ ਨੇ। ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਿਆ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ, ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਚੈਨਲ ਨੂੰ ਬਾਈ ਜੀ ਲਾਜ਼ਮੀ ਸਬਸਕ੍ਰਾਈਬ ਕਰਿਓ, ਅੱਗੇ ਤੋਂ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ। ਤੁਹਾਡਾ ਹੀ ਬਾਈ ਜੀ ਆਪਣਾ ਚੈਨਲ ਆ ਵਿਰਕ ਵਲੌਗਸ ਵਿਰਕ। ਬਾਈ ਜੀ ਗੁਰੂ ਜੀ ਕੇ ਗੁਰੂ ਸਾਹਿਬ ਦੇ ਟੁੱਟ ਲੰਗਰ ਵੀ ਵਰਤਾਏ ਗਏ ਸਨ, ਚੱਲ ਰਹੇ ਸਨ, ਸੰਗਤਾਂ ਸਾਕ ਰਹੀਆਂ ਸਨ ਜਿੱਥੇ ਹੈ ਗੁਰਦੁਆਰਾ ਸਾਹਿਬ, ਉਹਦੇ ਨਾਲ ਹੀ ਲੰਗਰ ਹਾਲ ਦਾ ਲੰਗਰ ਦਾ ਪ੍ਰਬੰਧ ਸੀ। ਅਤੇ ਉੱਥੇ ਵੀਡੀਓ ਬਣਾਉਣ ਦੀ ਅਲਾਊਡ ਨਹੀਂ ਹੈਗਾ, ਵੀਡੀਓ ਬਣਾਉਣਾ ਇਸ ਕਰਕੇ ਬਣਾ ਨਹੀਂ ਸਕੇ। ਬਈ ਜੀ ਲਾਗੇ ਵਾਲਿਆਂ ਨੂੰ ਪਤਾ ਮੇਲਾ ਬਹੁਤ ਮਸ਼ਹੂਰ ਮੇਲਾ ਸੇਰੋਂ ਦਾ, ਇੱਥੇ ਬਾਬਾ ਬਕਾਲਾ ਸਾਹਿਬ ਵਾਲੇ ਨਿਹੰਗ ਸਿੰਘ ਵੀ ਆਉਂਦੇ ਆ, ਕਰਨਾ ਦਲ ਵਾਲੇ ਵੀ ਨਿਹੰਗ ਸਿੰਘ ਆਉਂਦੇ ਨੇ। ਉਹ ਹੀ ਘੋੜ ਗੱਤਕਾ ਅਤੇ ਘੋੜ ਸਵਾਰੀ ਦੇ ਕਰਤੱਵ ਦਿਖਾਉਂਦੇ ਨੇ। ਦੇਖੋ ਕਿੰਨਾ ਭਰਿਆ ਹੋਇਆ ਮੇਲਾ, ਆਹ ਦੇਖੋ ਨਿਹੰਗ ਸਿੰਘ ਘੋੜੇ 'ਤੇ ਸਵਾਰ ਖੜ੍ਹੇ ਨੇ। ਕਬੱਡੀ ਜਦੋਂ ਖਤਮ ਹੋ ਗਈ, ਉਸ ਤੋਂ ਬਾਅਦ ਇਹਨਾਂ ਨੇ ਆਪਣੇ ਜ਼ੋਰ ਦਿਖਾਉਣੇ ਨੇ ਗੱਤਕਾਬਾਜ਼ੀ ਦੇ। ਇਹਨੇ ਮੁੰਡੇ ਨੂੰ ਕਿਹਾ ਪੰਜਾ ਲਾ ਦੇਊਗਾ, ਕੀ ਹੋਇਆ
ਉਹਦਾ ਉਹ ਹੋ ਗਿਆ ਕੱਟ ਭਾਈ ਨਹੀਂ ਆਂਦੇ ਸਾਲ ਆ ਉੱਥੇ ਸਹੀ ਪੈਰ ਦਾ ਇਹਨਾਂ ਨੇ ਵਿਆਹ ਹੋਇਆ ਪੈਰ ਜਿੱਦਾ ਆਪਾਂ ਦੇਖਦੇ ਹਾਂ ਚਲੋ ਚੱਲੀ ਆਪਾਂ ਉੱਥੇ मेला देखने जरूर जाया करो। इन्हों तो पहला जो मुंडे खेल रहे इन्हों तो पहला छोटे मुंडे की कबड्डी भी हुई सन कोई 20 साल की उम्र वाले की उन्हें भी अच्छी खेड का प्रदर्शन किया बड़ी वधिया कबड्डी खेली मुंडे ने छोटे बच्चे सन ट्रैक्टर ट्रैक्टर सो ते बैठे हैं भाई जी बहुत भीड़ सी खड़ने जगह नहीं सी हैगी भाई जी आ देखो ट्रैक्टर दे आई हुई संघ दुकाना लगे खाने पीन दिया देखो मेले में आए हुए हैं खेरों बागे ट्रैक्टर जा रहे स्कूटर मोटरसाइकिलों से भी संगत आई कुछ पैदल आंदरपाल चाचे का मुंडा आओ दूजा सुखराज आज भाई जी मैं आओ सुखराज नाल बैठा हुआ आओ तिंदरपाल चाचे का मुंडा आओ हरनूर वाले तो डैक लवाया सी रईए वाले को भाई जी लोकल जानते हैं हरनूर वाले वधिया सिस्टम लाते हैं जरूर लवा मिलो उन्होंने भी देखो भाई जी निहंग सिंह की जिप्सी वो घोड़े ने भाई जी आ जिथे ट्रैक्टर खड़ा से नाल ही तालाब आ गुरद्वारा साहब आ इधर भी खड़े निहंग सिंह के घोड़े आ पिंड का गेट आ भाई जी साड़ी वीडियो नू शेयर करो लाइक करो कमेंट करो चैनल नू जरूर सबसक्राइब करो भाई जी सबसक्राइबर की बहुत लोड़ आ बैल आइकन जरूर प्रेस करो आने वाली वीडियो का नोटिफिकेशन मिलता मेरी वीडियो देखने बहुत बहुत धन्यवाद आ वीडियो इतों तक सी।